ਸਾਡੇ ਬਹੁਤ ਹੀ ਸਨਮਾਨਯੋਗ ਮੈਂਬਰ ਕੀਤਾ ਸਰਦਾਰ ਭਗਵੰਤ ਮਾਨ ਸਿੰਘ ਜੀ ਦਾ ਅੱਜ ਸੀਐਮ ਦੇ ਅਹੁਦੇ ਦੀ ਸਹੁੰ ਚੁੱਕਣਗੇ ਔਰ ਅਸੀਂ ਸਾਰੇ ਨਗੋਦਰ ਹਲਕੇ ਤੋਂ ਉਸ ਸਹੁੰ ਚੁੱਕ ਸਮਾਗਮ ਦੇ ਵਿੱਚ ਸ਼ਾਮਿਲ ਹੋ ਰਹੇ ਹਾਂ। ਉਤਸ਼ਾਹ ਇੰਨਾ ਸੀਗਾ ਵੋਟਰਾਂ ਦੇ ਵਿੱਚ ਸਾਰੇ ਸਾਰੇ ਸਪੋਰਟਰਾਂ ਦੇ ਵਿੱਚ ਸਾਰੇ ਨਾਗਰਿਕਾਂ ਦੇ ਵਿੱਚ ਕਿ ਸਾਡੇ ਕੋਲੋਂ ਸਾਧਨ ਪੂਰੇ ਨਹੀਂ ਹੋ ਰਹੇ। ਜਿੰਨੇ ਸਾਧਨ ਇੱਥੇ ਪਹੁੰਚੇ ਨੇ ਸਾਰੇ ਹੀ ਜਿਹੜੇ ਨੇ ਉਹ ਆਪੋ ਆਪਣੇ ਸਾਧਨ ਲੈ ਕੇ ਪਹੁੰਚੇ ਨੇ ਕਿ ਪਹੁੰਚਣਾ ਜ਼ਰੂਰ ਆ। ਬਹੁਤ ਸਾਰੇ ਬਜ਼ੁਰਗਾਂ ਨੂੰ ਬਹੁਤ ਸਾਰੇ ਨਾਗਰਿਕਾਂ ਨੂੰ ਦੱਸਿਆ ਕਿ ਬਹੁਤ ਵੱਡਾ ਇਕੱਠ ਆ, ਤੁਹਾਨੂੰ ਦੂਰ ਵੀ ਰਹਿਣਾ ਪੈ ਸਕਦਾ, ਤੁਹਾਨੂੰ ਬਹੁਤ ਸਾਰੀਆਂ ਖੱਜਲ ਖੁਆਰੀਆਂ ਹੋਣੀਆਂ, ਤੁਸੀਂ ਸਿਆਣੇ ਬਜ਼ੁਰਗ ਹੋ ਤੁਸੀਂ ਨਾ ਚੱਲੋ। ਪਰ ਸਭ ਦਾ ਇਹੀ ਕਹਿਣਾ ਸੀ ਕਿ ਵੀ ਅਸੀਂ ਹਰ ਹਾਲਤ ਦੇ ਵਿੱਚ ਸਹੁੰ ਚੁੱਕ ਸਮਾਗਮ ਦੇ ਵਿੱਚ ਪਹੁੰਚਣਾ। ਅੱਜ ਦਾ ਇਹ ਬਹੁਤ ਵੱਡਾ ਇਕੱਠ ਜਿਹੜਾ ਵੱਡਾ ਕਾਫਲਾ ਭਗਵੰਤ ਮਾਨ ਸਾਹਿਬ ਦੀ ਸਹੁੰ ਚੁੱਕ ਸਮਾਗਮ ਦੇ ਵਿੱਚ ਜਾ ਰਿਹਾ, ਨਵਾਂ ਇਤਿਹਾਸ ਸਿਰਜਿਆ ਜਾ ਰਿਹਾ ਔਰ ਨਗੋਦਰ ਹਲਕਾ ਉਸ ਨਵੇਂ ਇਤਿਹਾਸ ਦਾ ਗਵਾਹੀ ਗਵਾਹ ਬਣ ਜਾ ਰਿਹਾ ਜੀ। ਬਹੁਤ ਉਤਸ਼ਾਹਿਤ ਸਾਰਿਆਂ ਦੇ ਵਿੱਚ, ਸਾਰੀ ਸੰਗਤ ਦਾ, ਸਾਰੇ ਵੋਟਰਾਂ ਦਾ, ਪੂਰੇ ਹਲਕੇ ਦਾ ਤਹਿ ਦਿਲੋਂ ਮੈਂ ਧੰਨਵਾਦੀ ਹਾਂ ਕਿ ਕਿਸੇ ਨੂੰ ਸੱਦਾ ਪਹੁੰਚ ਸਕਿਆ, ਕਿਸੇ ਨੂੰ ਨਹੀਂ ਪਹੁੰਚ ਸਕਿਆ, ਉਹਦੇ ਬਾਵਜੂਦ ਹਰ ਇੱਕ ਉਤਸ਼ਾਹ ਦੇ ਨਾਲ ਇੱਥੇ ਪਹੁੰਚਿਆ। ਤਕਰੀਬਨ ਕੋਈ ਮੇਰੀ ਨਜ਼ਰ ਦੇ ਵਿੱਚ ਕੋਈ 1000 ਤੋਂ ਉੱਪਰ ਜਿਹੜਾ ਹੈਗਾ ਗੈਦਰਿੰਗ ਇਸ ਵੇਲੇ ਇਕੱਠੀ ਹੋ ਗਈ। ਮੇਰਾ ਖਿਆਲ ਹੈ ਵੀ ਹਜੇ ਪਹੁੰਚ ਰਹੇ ਨੇ ਸਾਰੇ, ਅਸੀਂ ਥੋੜ੍ਹੀ ਦੇਰ ਦੇ ਵਿੱਚ ਇੱਥੋਂ ਚਾਲੇ ਪਾਵਾਂਗੇ ਜੀ ਆਪਣਾ ਕਾਫਲਾ ਲੈ ਕੇ, ਵੱਡਾ ਕਾਫਲਾ ਜਿਹੜਾ ਉਹ ਭਗਵੰਤ ਮਾਨ ਸਾਹਿਬ ਦੀ ਸਨਮਾਨ ਦੇ ਵਿੱਚ ਉੱਥੇ ਹਾਜ਼ਰ ਹੋਏਗਾ ਜੀ। ਧੰਨਵਾਦ। ਬੀਬੀ ਇੰਦਰਜੀਤ ਕੌਰ ਮਾਨ ਜਿੰਦਾਬਾਦ, ਬੀਬੀ ਇੰਦਰਜੀਤ ਕੌਰ ਮਾਨ ਜਿੰਦਾਬਾਦ, ਆਮ ਆਦਮੀ ਪਾਰਟੀ ਜਿੰਦਾਬਾਦ।